ਤੇ ਜੋ ਮਜ਼ਦੂਰ ਬੰਦਾ ਸਰ ਕਮਾ ਕੇ ਜਿਹਨੇ ਸੁਬਾਹ ਨਿਕਲਣਾ ਔਰ ਸ਼ਾਮੀ ਕਮਾ ਕੇ ਉਹਦਾ ਹੀ ਲਿਜਾ ਕੇ ਆਪਣੇ ਬੱਚਿਆਂ ਨੂੰ ਖਵਾਉਣਾ ਹੈ ਉਹਦੇ ਵਾਸਤੇ ਤਾਂ ਪਰੇਸ਼ਾਨੀ ਔਰ ਜਿਹਦੇ ਘਰ ਰਾਸ਼ਨ ਹੈ ਉਹਦੇ ਵਾਸਤੇ 3 ਮਹੀਨੇ ਵੀ ਕਰਫਿਊ ਲੱਗਾ ਰਹੇ ਉਹਦੇ ਲਈ ਤਾਂ ਪਰੇਸ਼ਾਨੀ ਨਹੀਂ ਹੈਲੋ ਗਵਰਨਮੈਂਟ ਤਾਂ ਮੈਨੂੰ ਪਤਾ ਨਹੀਂ ਹੈ ਲੇਕਿਨ ਇਹ ਮੇਰੇ ਕੋਲ ਤੁਸੀਂ ਘਰ ਲੈ ਕੇ ਜਾਓ ਔਰ ਆ ਬੱਚੇ ਨੂੰ ਦੋ ਛੋਟੇ ਛੋਟੇ ਨਹੀਂ ਨਹੀਂ ਹੈਲੋ ਪੜ੍ਹੋ ਲੈ ਲੈ ਜ਼ਿਆਦਾ ਪੜ੍ਹੋ ਘਰ ਲੈ ਕੇ ਜਾਓ ਅਤੇ ਬਾਅਦ ਹੁਣ ਖੁਸ਼ ਰਹੋ ਇਹ ਕੋਈ ਹਫ਼ਤਾ ਡੇਢ ਲੰਘ ਜਾਏਗਾ ਮੈਂ ਤੁਹਾਡੇ ਲਈ ਦੁਆ ਕਰਾਂ ਦਵਾ ਦੀ ਤਾਂ ਇਸ ਟਾਈਮ ਬਹੁਤ ਹੀ ਜ਼ਰੂਰਤ ਹੈ ਪੂਰੇ ਮੁਲਕ ਨੂੰ ਇਹ ਮੈਂ ਤੁਹਾਡੀ ਦੁਆ ਕਰਨਾ ਵਾ ਖੁਦਾਵੰਦ ਮਿਹਰਬਾਨ ਆਸਮਾਨੀ ਬਾਪ ਯਿਸੂ ਮਸੀਹ ਕੇ ਨਾਮ ਮੈਂ ਆਪਣੇ ਭਾਈ ਕੇ ਲਈ ਦੁਆ ਕਰਤਾ ਹੂੰ ਆਪਣੀ ਬਰਕਤ ਕਾ ਹਾਥ ਆਪਣੇ ਬੰਦੇ ਪਰ ਬੜਾ ਖੁਦਾ ਔਰ ਖੁਦਾਵੰਦ ਇਸ ਬਰਕਤ ਦੇ ਖੁਦਾਵੰਦ ਇਸ ਕੀ ਸਾਰੀ ਜ਼ਰੂਰਤ ਔਰ ਇਤਿਆਜੋ ਤੋਂ ਗੈਰ ਮਾਮੂਲੀ ਤੌਰ ਪਰ ਤੋਂ ਆਪਣੇ ਇਲਾਹੀ ਖਜ਼ਾਨਾ ਮੈਂ ਸਿੱਧੇ ਰਹਿ ਸਕਦਾ ਔਰ ਯਿਸੂ ਕੇ ਨਾਮ ਮੈਂ ਹਰ ਇਤਿਆਜ ਦੀ ਮਦਦ ਮੈਂ ਸਿਰਫ ਬਰਕਤ ਦੀ ਦੁਆ ਕਰਦਾ ਹੂੰ ਖੁਦਾਵੰਦ ਕੀ ਬਰਕਤ ਦੀ ਦੁਆ ਕਰਦਾ ਹੂੰ ਮੁਹੱਬਤ ਕਰੇ ਯਿਸੂ ਦੇ ਦਿਲ ਸੇ ਮੁਹੱਬਤ ਕਰੇ ਔਰ ਤੇਰਾ ਚਿਹਰਾ ਹਮੇਸ਼ਾ ਇਸ ਬਰਾਤ ਦਾ ਰਹਾ ਯਿਸੂ ਮਸੀਹ ਦੇ ਨਾਮ ਗੋਡ ਬਲੇਸ ਯੂ ਬਾਈ ਬੋਬੀ ਮੈਂ ਬਹੁਤ ਖਿਆਲ ਰੱਖਦਾ ਮੈਂ ਹੁਣ ਮੈਂ ਇੱਥੇ ਰੱਖ ਦੇਵਾਂ ਕਿਵੇਂ ਲੈ ਜਾਓ ਮੈਂ ਰਿਕਸ਼ੇ ਚੱਲ ਉਹ ਕਰਨਾ ਦਾਵਾਂ ਦੇ ਵਿੱਚ ਰੱਖ ਦਿੱਤਾ